ਵੈਲਕਮ ਬੈਕ ਐਵਰੀਵਨ ਟੂ ਦਾ ਆਨਲਾਈਨ ਪਲੇਟਫਾਰਮ ਆਫ ਮੇਕਸ ਓਵਰਸੀਜ਼। ਸੋ ਆਪਾਂ ਜਿਹੜੇ ਹੈਗੇ ਆ ਤੁਹਾਡੀ ਆਇਲਸ ਸਪੀਕਿੰਗ ਨੂੰ ਇੰਪਰੂਵ ਕਰਨ ਦੇ ਲਈ ਕਿਊ ਕਾਰਡਸ ਡਿਸਕਸ ਕਰ ਰਹੇ ਹਾਂ। ਸੋ ਉਸੇ ਸੀਰੀਜ਼ ਦੇ ਵਿੱਚ ਟੂਡੇ ਵੀ ਗੋਇੰਗ ਟੂ ਟਾਕ ਅਬਾਊਟ ਯੋਰ ਨੈਕਸਟ ਕਿਊ ਕਾਰਡ ਨੰਬਰ 13 ਫਰੋਮ ਜੈਨ ਟੂ ਅਪ੍ਰੈਲ 2024। ਡਿਸਕ੍ਰਾਈਬ ਸਮਥਿੰਗ ਇਨ ਯੋਰ ਕੰਟਰੀ ਦੈਟ ਯੂ ਆਰ ਇੰਟਰਸਟਡ ਇਨ। ਸੋ ਬੇਸਿਕਲੀ ਆਪਾਂ ਆਪਣੀ ਕੰਟਰੀ ਦੇ ਵਿੱਚ ਕਿਸੇ ਚੀਜ਼ ਬਾਰੇ ਗੱਲ ਕਰਨੀ ਹੈਗੀ ਆ ਜਿਹਦੇ 'ਚ ਤੁਸੀਂ ਇੰਟਰਸਟਡ ਹੋ, ਤਾਂ ਇਟ ਕੈਨ ਬੀ ਐਨੀ ਥਿੰਗ, ਇਟ ਕੈਨ ਬੀ ਅ ਟਾਈਪ ਆਫ ਐਕਟੀਵਿਟੀ, ਇਟ ਕੈਨ ਬੀ ਅ ਪਲੇਸ, ਹੈ ਨਾ, ਦੈਟ ਯੂ ਆਰ ਇੰਟਰਸਟਡ ਇਨ, ਜਾਂ ਤੁਸੀਂ ਕਿਸੇ ਪਰਟੀਕੁਲਰ ਟਾਈਪ ਦੀ ਚੀਜ਼ ਦੇ ਵਿੱਚ ਦੈਟ ਯੂ ਆਰ ਰੀਅਲੀ ਫੈਸੀਨੇਟਡ ਅਬਾਊਟ, ਯੂ ਕੈਨ ਟਾਕ ਅਬਾਊਟ ਇਟ, ਹੈ ਨਾ। ਤਾਂ ਆਪਾਂ ਪਹਿਲਾਂ ਕਿਊਜ਼ ਦੇਖਦੇ ਹਾਂ, ਫਿਰ ਆਪਾਂ ਨੂੰ ਚੀਜ਼ਾਂ ਹੋਰ ਕਲੀਅਰ ਹੋ ਜਾਣਗੀਆਂ। ਉਹ ਕਹਿੰਦੇ ਇਹ ਕੀ ਹੈਗਾ, ਵਟ ਇਟ ਇਜ਼, ਹੈ ਨਾ, ਕੀ ਚੀਜ਼ ਹੈਗੀ ਆ ਦੈਟ ਯੂ ਆਰ ਇਟ ਸੋ ਫੈਸੀਨੇਟਡ ਅਬਾਊਟ। ਨੈਕਸਟ ਕਹਿੰਦੇ ਹਾਊ ਡੂ ਯੂ ਨੋ ਅਬਾਊਟ ਇਟ, ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਚੀਜ਼ ਬਾਰੇ, ਵਾਈ ਯੂ ਆਰ ਇੰਟਰਸਟਡ ਇਨ ਇਟ। ਤਾਂ ਆਪਾਂ ਦੱਸਣਾ ਹੈਗਾ ਕਿ ਅਸੀਂ ਕਿਉਂ ਇੰਟਰਸਟਡ ਹੈਗੇ ਹਾਂ। ਵੈਦਰ ਯੂ ਵੁੱਡ ਲਾਈਕ ਟੂ ਨੋ ਮੋਰ ਅਬਾਊਟ ਇਟ। ਹੁਣ ਦੇਖੋ ਵੈਦਰ ਦੀ ਸਟਰਕਚਰ ਉਹਨਾਂ ਨੇ ਕਹੀ ਆ, ਉਹ ਕਹਿੰਦੇ ਕੀ ਤੁਸੀਂ ਇਸ ਚੀਜ਼ ਬਾਰੇ ਹੋਰ ਜ਼ਿਆਦਾ ਜਾਣਨਾ ਪਸੰਦ ਕਰੋਗੇ, ਹੈ ਨਾ। ਵੀ ਕੈਨ ਟਾਕ ਅਬਾਊਟ ਐਨੀ ਥਿੰਗ, ਲਾਈਕ ਇਫ ਯੂ ਟਾਕ ਅਬਾਊਟ ਦਾ ਪਲੇਸਿਸ, ਯੂ ਕੈਨ ਟਾਕ ਅਬਾਊਟ ਗੋਲਡਨ ਟੈਂਪਲ ਇਟ ਸੈਲਫ, ਹੈ ਨਾ, ਆਪਾਂ ਤਾਜ ਮਹਿਲ ਦੀ ਗੱਲ ਕਰ ਸਕਦੇ ਹੈਗੇ ਹਾਂ। ਤਾਂ ਆਪਾਂ ਕੀ ਕਰਨਾ ਹੈਗਾ, ਕੋਈ ਪਲੇਸ ਚੱਕ ਲਈ, ਹੈ ਨਾ, ਪਲੇਸ ਵਾਲਾ ਵੀ ਕਵਰ ਹੋ ਜੂਗਾ, ਔਰ ਆਪਾਂ ਉਸ ਚੀਜ਼ ਬਾਰੇ ਜਿੰਨੀ ਕੁ ਜਾਣਕਾਰੀ ਆਪਾਂ ਨੂੰ ਪਤਾ ਹੈਗੀ ਆ, ਵੀ ਵਿਲ ਟਰਾਈ ਟੂ ਕੰਕਲੂਡ ਦੈਟ ਇਨਫੋਰਮੇਸ਼ਨ ਇਨ ਦਾ ਫੋਰਮ ਆਫ ਅ ਕਿਊ ਕਾਰਡ ਦੈਟ ਵੀ ਨੀਡ ਟੂ ਸਪੀਕ ਫੋਰ ਲਾਈਕ 2 ਮਿੰਟਸ ਔਰ ਮੋਰ, ਹੈ ਨਾ। ਸੋ ਉਹ ਕਹਿੰਦੇ ਵਟ ਇਟ ਇਜ਼। ਤਾਂ ਇੱਥੇ ਹੁਣ ਜਿੱਦਾਂ ਮੈਂ ਸਟਰਕਚਰ ਵਾਈਜ਼ ਜਾਵਾਂ, ਸੋ ਆਈ ਕੈਨ ਸਟਾਰਟ ਵਿਦ ਨਨ ਅਦਰ ਦੈਨ, ਹੈ ਨਾ। ਸੋ ਜਿੱਦਾਂ ਮੈਂ ਕੀ ਕਿਹਾ, ਮੈਂ ਕਿਹਾ ਦੇਅਰ ਆਰ ਮੈਨੀ ਪਲੇਸਿਸ ਇਨ ਮਾਈ ਕੰਟਰੀ ਇਨ ਵਿੱਚ ਆਈ ਐਮ ਰੀਅਲੀ ਇੰਟਰਸਟਡ, ਬਟ ਟੂਡੇ ਆਈ ਐਮ ਗੋਇੰਗ ਟੂ ਟਾਕ ਅਬਾਊਟ ਦ ਪਲੇਸ ਨਨ ਅਦਰ ਦੈਨ ਤਾਜ ਮਹਿਲ ਇਟਸੈਲਫ। ਸੋ ਮੈਂ ਜਿਹੜਾ ਹੈਗਾ ਐਗਜ਼ਾਮਿਨਰ ਨੂੰ ਦੱਸਿਆ ਕਿ ਇਹ ਜਗ੍ਹਾ ਹੋਰ ਕੋਈ ਨਹੀਂ ਹੈਗੀ ਬਲਕਿ ਕੀ ਹੈਗਾ, ਤਾਜ ਮਹਿਲ ਹੈਗਾ। ਫਿਰ ਤੁਸੀਂ ਦੱਸਿਆ ਕਿੱਥੇ ਹੈਗਾ, ਹੈ ਨਾ, ਤਾਂ ਮੈਂ ਇਹਦੀ ਲੋਕੇਸ਼ਨ ਦੱਸੀ, ਵਿਚ ਇਜ਼ ਲੋਕੇਟਡ ਇਨ ਅ ਸਿਟੀ ਨੇਮਡ ਆਗਰਾ ਇਨ ਨਾਰਥ ਇੰਡੀਅਨ ਸਟੇਟ ਉੱਤਰ ਪ੍ਰਦੇਸ਼। ਤਾਂ ਮੈਂ ਦੱਸਦਾ ਕਿ ਨੌਰਥ ਇੰਡੀਅਨ ਸਟੇਟ ਹੈਗੀ ਆ ਉੱਤਰ ਪ੍ਰਦੇਸ਼, ਉਹਦੇ ਵਿੱਚ ਜਿਹੜੀ ਹੈਗੀ ਆ ਯੂਪੀ ਜਿਹਨੂੰ ਆਪਾਂ ਸ਼ਾਰਟ ਫਾਰਮ 'ਚ ਕਹਿ ਦਿੰਦੇ ਹਾਂ, ਉਹਦੇ ਵਿੱਚ ਇਹ ਜਿਹੜੀ ਪਲੇਸ ਹੈਗੀ ਆ ਲੋਕੇਟਡ ਹੈਗੀ ਆ। ਤਾਂ ਮੈਂ ਇਹਨੂੰ ਸਟਾਰਟ ਕਿੱਦਾਂ ਕੀਤਾ, ਮੈਂ ਕਿਹਾ ਵੀ ਦੇਅਰ ਆਰ ਮੈਨੀ ਪਲੇਸਿਸ ਇਨ ਮਾਈ ਕੰਟਰੀ, ਦੇਅਰ ਆਰ ਪਲੇਸਿਸ ਦੀ ਜਗ੍ਹਾ 'ਤੇ ਤੁਸੀਂ ਥਿੰਗਸ ਕਹਿ ਸਕਦੇ ਹੈਗੇ ਆ, ਮੈਨੀ ਥਿੰਗਸ ਅਬਾਊਟ ਇੰਡੀਆ in which about India in do bar ho gaya in which I am really interested। ਸੋ ਬੇਸਿਕਲੀ ਆਈ ਹੈਵ ਟਾਕਡ ਅਬਾਊਟ ਕਿ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਇਨ ਇੰਡੀਆ ਇਨ ਵਿੱਚ ਆਈ ਐਮ ਰੀਅਲੀ ਇੰਟਰਸਟਡ। ਫਿਰ ਤੁਸੀਂ ਕਹੋਗੇ ਦ ਪਲੇਸ ਆਈ ਐਮ ਗੋਇੰਗ ਟੂ ਟਾਕ ਅਬਾਊਟ ਹੇਅਰ ਇਜ਼ ਨਨ ਅਦਰ ਦੈਨ ਤਾਜ ਮਹਿਲ ਵਿੱਚ ਇਜ਼ ਲੋਕੇਟਡ ਇਨ ਸਮਾਲ ਸਿਟੀ ਆਗਰਾ
ਉੱਤਰ ਪ੍ਰਦੇਸ਼ ਤਾਂ ਤੁਸੀਂ ਦੱਸਤਾ ਕਿੱਥੇ ਲੋਕੇਟਡ ਹੈਗੀ ਆ, ਠੀਕ ਹੈ। ਫਿਰ ਉਹਨਾਂ ਨੇ ਤੁਹਾਨੂੰ ਕੀ ਕਿਹਾ, ਹਾਓ ਯੂ ਨੋ ਅਬਾਊਟ ਇਟ, ਤੁਸੀਂ ਤੁਹਾਨੂੰ ਕਿਵੇਂ ਪਤਾ ਚੱਲਿਆ ਹੈ ਨਾ ਇਸ ਪਰਟੀਕੁਲਰ ਪਲੇਸ ਦੇ ਬਾਰੇ ਜਾਂ ਇਸ ਪਰਟੀਕੁਲਰ ਚੀਜ਼ ਦੇ ਬਾਰੇ। ਸੋ ਮੈਂ ਕਹਿ ਸਕਦੀ ਹੈਗੀ ਹਾਂ, ਮੈਂ ਕਿਹਾ ਵੀ ਆਈ ਫਸਟਲੀ ਰੈਡ ਅਬਾਊਟ ਇਟ, ਮੈਂ ਇਹਨੂੰ ਪਾਸਟ ਦੇ ਵਿੱਚ ਕਹਾਂਗੀ ਤਾਂ ਇਹਨੂੰ ਆਪਾਂ ਕੀ ਪ੍ਰੋਨਾਊਂਸ ਕਰਾਂਗੇ, ਰੈਡ, ਮੈਂ ਇਹਦੇ ਬਾਰੇ ਪੜ੍ਹਿਆ। ਆਈ ਫਸਟਲੀ ਰੈਡ ਅਬਾਊਟ ਦਿਸ ਪਲੇਸ ਜਾਂ ਅਬਾਊਟ ਇਟ ਇਟ ਇਨ ਮਾਈ ਸਕੂਲ ਬੁੱਕ। ਤਾਂ ਜਨਰਲ ਨੌਲੇਜ ਦੀ ਆਪਣੀ GK ਦੀ ਬੁੱਕ ਹੁੰਦੀ ਆ ਫਸਟ ਆਫ ਆਲ, ਆਪਾਂ ਉਹਦੇ ਵਿੱਚ ਜਿਹੜਾ ਹੈਗਾ ਤਾਜ ਮਹਿਲ ਬਾਰੇ ਹੈ ਨਾ ਤੁਸੀਂ ਸਟੱਡੀ ਕਰਦੇ ਹੋ ਜਾਂ ਫੋਟੋਜ਼ ਦੇਖੀਆਂ ਹੋਣਗੀਆਂ ਤੁਸੀਂ ਉਹਦੀ ਗੱਲ ਕਰ ਸਕਦੇ ਹੋ। ਤਾਂ ਮੈਂ ਕਹਿ ਸਕਦੀ ਹਾਂ ਕਿ ਆਈਵ ਸੀਨ ਇਟਸ ਫੋਟੋ, ਆਈ ਡੋਂਟ ਰਿਮੈਂਬਰ ਐਗਜੈਕਟਲੀ ਬਟ ਆਈ ਥਿੰਕ ਆਈਵ ਸੀਨ ਅ ਫੋਟੋ ਆਫ ਤਾਜ ਮਹਿਲ ਇਨ ਵਨ ਆਫ ਮਾਈ ਨੋਟਬੁੱਕਸ ਐਂਡ ਦਿਸ ਵਾਜ ਦਾ ਟਾਈਮ ਵੈਨ ਆਈ ਕੇਮ ਟੂ ਨੋ ਅਬਾਊਟ ਦਿਸ ਪਲੇਸ। ਤਾਂ ਮੈਨੂੰ ਪਤਾ ਲੱਗਿਆ ਇਸ ਚੀਜ਼ ਬਾਰੇ। ਸਕੂਲ ਬੁੱਕ ਚੋਂ ਕਹਿ ਸਕਦੇ ਹੋ, ਫੋਟੋ ਦੇਖੀ ਹੋ ਸਕਦੀ ਹੈ, ਇੰਟਰਨੈਟ 'ਤੇ ਤੁਸੀਂ ਕਹਿ ਸਕਦੇ ਹੋ ਹੈ ਨਾ ਕਿ ਵੈਨ ਆਈ ਵਾਜ਼ ਅ ਕਿਡ ਮਾਈ ਮੋਮ ਯੂਜ਼ ਟੂ ਟੈਲ ਮੀ ਅਲੋਟ ਮੈਨੀ ਅਬਾਊਟ ਮੈਨੀ ਪਲੇਸਿਸ ਐਂਡ ਸ਼ੀ ਸ਼ੋਡ ਮੀ ਦਾ ਪਿਕਚਰ ਆਫ ਤਾਜ ਮਹਿਲ ਔਨ ਹਰ ਕੰਪਿਊਟਰ। ਤਾਂ ਉਹਨਾਂ ਨੇ ਮੈਨੂੰ ਤਾਜ ਮਹਿਲ ਦੀ ਫੋਟੋ ਦਿਖਾਈ, ਤੁਸੀਂ ਉਹਦੀ ਗੱਲ ਕਰ ਸਕਦੇ ਹੋ। ਵਾਈ ਆਰ ਯੂ ਇੰਟਰਸਟਡ ਇਨ ਇਟ, ਤੁਸੀਂ ਕਿਉਂ ਇੰਟਰਸਟਡ ਹੈਗੇ ਹੋ? ਤਾਂ ਦੇਖੋ ਰਾਜੇ, ਲੋਜਿਕ ਜਿਹੜਾ ਹੈਗਾ ਬੈਟਰ ਹੈਗਾ ਰੈਦਰਨ, ਹੈ ਨਾ। ਤੁਸੀਂ ਕਹਿ ਸਕਦੇ ਹੋ ਕਿ ਕਾਫੀ ਸਾਰੇ ਰੀਜ਼ਨਸ ਹੈਗੇ ਆ, ਠੀਕ ਹੈ। ਸੋ ਮੈਂ ਸਟਾਰਟ ਕੀਤਾ, ਮੈਂ ਕਿਹਾ ਵੀ ਦੇਅਰ ਆਰ ਮੋਰ ਦੈਨ ਵਨ ਰੀਜ਼ਨ ਵਾਈ ਆਈ ਐਮ ਰੀਅਲੀ ਇੰਟਰਸਟਡ ਔਰ ਵਾਈ ਆਈ ਐਮ ਰੀਅਲੀ ਕੀਨ ਅਬਾਊਟ ਦਿਸ ਪਲੇਸ। ਕੀਨ ਆਪਾਂ ਯੂਜ਼ ਕਰ ਲਿਆ ਹੈਗਾ, ਕੀਨ ਅਬਾਊਟ ਦਿਸ ਪਲੇਸ, ਕੀਨ ਅਬਾਊਟ ਦਿਸ ਪਲੇਸ ਆਪਾਂ ਕਿਸ ਲਈ ਯੂਜ਼ ਕਰ ਲਿਆ, ਇੰਟਰਸਟਡ ਅਬਾਊਟ ਦਿਸ ਪਲੇਸ। ਤਾਂ ਦੈਨ ਆਈ ਐਮ ਗੋਇੰਗ ਟੂ ਟਾਕ ਅਬਾਊਟ ਦਾ ਰੀਜ਼ਨ, ਹੈ ਨਾ। ਮੈਂ ਕਿਹਾ ਫਸਟ ਆਫ ਆਲ ਦਿਸ ਇਜ਼ ਵਨ ਆਫ ਦਾ ਯੂਨੈਸਕੋਸ ਵਰਲਡ ਹੈਰੀਟੇਜ ਸਾਈਟਸ। ਵਰਲਡ ਹੈਰੀਟੇਜ ਕੀ ਹੁੰਦਾ ਰਾਜੇ? ਹੈਰੀਟੇਜ ਵਰਡ ਆਪਾਂ ਯੂਜ ਕਰਦੇ ਹਾਂ ਵਿਰਾਸਤ ਵਾਸਤੇ। ਤਾਂ ਇਹ ਕੀ ਹੈਗੀ ਆ, ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟ ਹੈਗੀ ਆ। ਫਿਰ ਆਪਾਂ ਕਹਿ ਸਕਦੇ ਹੈਗੇ ਹਾਂ ਕਿ ਸੈਵਨ ਵੰਡਰਸ ਆਫ ਅਰਥ, ਤਾਂ ਉਹਨਾਂ ਦੇ ਵਿੱਚੋਂ ਵੀ ਤਾਜ ਮਹਿਲ ਜਿਹੜਾ ਹੈਗਾ ਇੱਕ ਹੈਗਾ। ਤਾਂ ਤੁਸੀਂ ਸਟਾਰਟ ਕਰੋਗੇ ਤਾਂ ਪਹਿਲਾਂ ਤਾਂ ਆਪਾਂ ਇਹਦੀ ਗੱਲ ਕਰ ਸਕਦੇ ਹਾਂ। ਫਿਰ ਤੁਸੀਂ ਇਹਦੇ ਵਿੱਚ ਇਹ ਵੀ ਕਹਿ ਸਕਦੇ ਹੈਗੇ ਹੋ ਕਿ ਇਹਦਾ ਕਲਚਰਲ ਤੇ ਆਰਕੀਟੈਕਚਰਲ ਇੰਪੋਰਟੈਂਸ ਹੈਗੀ ਆ, ਹੈ ਨਾ। ਤਾਂ ਆਪਾਂ ਤਿੰਨ ਪੁਆਇੰਟ ਕਹੇ ਹੈਗੇ ਆ, ਕਲਚਰਲ ਆਰਕੀਟੈਕਚਰਲ ਇੰਪੋਰਟੈਂਸ, ਯੂਨੈਸਕੋ ਵਰਲਡ ਹੈਰੀਟੇਜ ਸਾਈਟ ਐਂਡ ਇਟ ਇਜ਼ ਵਨ ਆਫ ਦਾ ਸੈਵਨ ਵੰਡਰਸ ਆਫ ਦਾ ਅਰਥ। ਤਾਂ ਮੈਂ ਕਿਹਾ ਦੇਅਰ ਇਜ਼ ਮੋਰ ਦੈਨ ਵਨ ਰੀਜ਼ਨ ਵਾਈ ਆਈ ਐਮ ਰੀਅਲੀ ਕੀਨ ਅਬਾਊਟ ਦਿਸ ਪਲੇਸ। ਫਸਟ ਆਫ ਆਲ ਦਿਸ ਪਲੇਸ ਇਜ਼ ਵਨ ਆਫ ਦਾ ਯੂਨੈਸਕੋਸ ਵਰਲਡ ਹੈਰੀਟੇਜ ਸਾਈਟਸ। ਸੈਕਿੰਡਲੀ ਦਿਸ ਇਜ਼ ਆਲਸੋ is one of the seven wonders of the earth, and third thing I believe is its cultural and architectural importance. ta main dasta teeji cheez ki hai gi a edi cultural te architectural importance. us to baad dekho next unna ne apna kyu ki puchha hega, why apa dasta whether you would like to know more about it. ta tusi dassoge ki haan ji main ede bare hor janna chahni hai gi a.
ਤਾਂ ਤੁਸੀਂ ਕਹਿ ਸਕਦੇ ਹੈਗੇ ਹੋ, ਮੈਂ ਕਿਹਾ ਵੀ ਆਈਵ ਰੈਡ ਅਬਾਊਟ ਇਟ, ਤਾਂ ਆਪਾਂ ਨੂੰ ਕੰਟਰੈਕਸ਼ਨ ਆਈ ਹੈਵ ਨਹੀਂ, ਆਪਾਂ ਨੂੰ ਪ੍ਰੋਨਾਊਂਸ ਕੀਤਾ ਆਈਵ ਰੈਡ ਅਬਾਊਟ ਇਟ, ਰੈਡ ਅਬਾਊਟ ਤਾਜ ਮਹਿਲ ਇਨ ਮਾਈ ਹਿਸਟਰੀ ਬੁੱਕ, ਤਾਂ ਮੈਂ ਕਿਹਾ ਆਈਵ ਰੈਡ ਅਬਾਊਟ ਤਾਜ ਮਹਿਲ ਇਨ ਮਾਈ ਹਿਸਟਰੀ ਬੁੱਕ ਦੈਟ ਇਟ ਵਾਸ ਕੰਸਟਰਕਟਡ ਬਾਏ, ਦੁਆਰਾ ਬਾਏ, ਕਿਹਦੇ ਦੁਆਰਾ, ਇਟ ਵਾਸ ਕੰਸਟਰਕਟਡ ਬਾਏ ਮੁਗਲ ਐਮਪਰਰ ਸ਼ਾਹਜਹਾਂ ਇਨ ਦਾ ਇਨ ਦਾ ਮੈਮਰੀ ਆਫ ਹਿਜ ਬਿਲਵਡ ਵਾਈਫ ਮੁਮਤਾਜ ਮਹਿਲ। ਤਾਂ ਮੈਂ ਦੱਸਤਾ ਕਿ ਇਹ ਵਾਲੀ ਜਿਹੜੀ ਬਿਲਡਿੰਗ ਹੈਗੀ ਆ ਇਹ ਸ਼ਾਹਜਹਾਂ ਦੁਆਰਾ ਬਣਵਾਈ ਗਈ ਸੀਗੀ, ਕਾਹਦੇ ਕਿਸ ਤਰੀਕੇ ਲਈ, ਇਨ ਦਾ ਮੈਮਰੀ ਆਫ ਹਿਸ ਬਿਲਵਡ ਵਾਈਫ ਮੁਮਤਾਜ ਮਹਿਲ। ਸੋ ਦਿਸ ਪਰਟੀਕੁਲਰ ਪਲੇਸ ਆਲਸੋ ਹਾਈਲਾਈਟਸ, ਆਪਾਂ ਕਹਿ ਸਕਦੇ ਹਾਂ ਹਾਈਲਾਈਟਸ ਦੀ ਆਰਕੀਟੈਕਚਰਲ ਜ਼ੀਨਤ ਆਫ ਦੈਟ ਪਰਟੀਕੁਲਰ ਟਾਈਮ। ਆਰਕੀਟੈਕਚਰਲ ਜ਼ੀਨਤ, ਜ਼ੀਨਤ ਬੱਚੇ ਆਪਾਂ ਵਰਡ ਯੂਜ ਕਰਦੇ ਹੈਗੇ ਹਾਂ ਹਾਈਟ ਵਾਸਤੇ, ਕਿ ਕਿੰਨਾ ਜ਼ਿਆਦਾ ਇਸ ਮਤਲਬ ਉਸ ਟਾਈਮ ਦੀ ਇਹ ਜਿਹੜੀ ਆਰਕੀਟੈਕਚਰਲ ਕੇਪੇਬਿਲਿਟੀ ਸੀ ਉਹ ਕਿੰਨੀ ਜ਼ਿਆਦਾ ਸਟਰੋਂਗ ਸੀ, ਕਿੰਨੀ ਜ਼ਿਆਦਾ ਵਧੀਆ ਸੀ, ਹੈ ਨਾ। ਤਾਂ ਮੈਂ ਕੀ ਕਿਹਾ, ਦਿਸ ਪਲੇਸ ਆਲਸੋ ਹਾਈਲਾਈਟਸ ਦੀ ਆਰਕੀਟੈਕਚਰਲ ਜ਼ੀਨਤ ਆਫ ਦੈਟ ਪਰਟੀਕੁਲਰ ਪੀਰੀਅਡ ਆਫ ਟਾਈਮ, ਐਂਡ ਫਾਰ ਦਿਸ ਵੈਰੀ ਰੀਜ਼ਨ ਆਈਡ ਲਵ ਟੂ ਲਰਨ ਮੋਰ ਅਬਾਊਟ ਇਟ। ਤਾਂ ਮੈਂ ਕਿਹਾ ਵੀ ਇਸ ਰੀਜ਼ਨ ਦੀ ਵਜ੍ਹਾ ਕਰਕੇ ਮੈਂ ਇਸ ਜਗ੍ਹਾ ਬਾਰੇ ਹੋਰ ਜਾਣਨਾ ਜਿਹੜਾ ਹੈਗਾ ਪਸੰਦ ਕਰੂੰਗੀ, ਆਈਡ ਲਵ ਟੂ ਲਰਨ ਮੋਰ ਅਬਾਊਟ ਇਟ। ਤਾਂ ਮੈਂ ਇਹਦੇ ਬਾਰੇ ਹੋਰ ਜਾਣਨਾ ਜਿਹੜਾ ਹੈਗਾ ਪਸੰਦ ਕਰੂੰਗੀ ਜਾਂ ਜਾਣਨਾ ਚਾਹੂੰਗੀ, ਠੀਕ ਹੈ ਜੀ। ਲੈਟਸ ਮੂਵ ਟੂ ਦਾ ਫਾਲੋ ਅਪ ਕੁਐਸਚਨਸ। ਹਾਊ ਕੈਨ ਪੀਪਲ ਐਕਸੈਸ ਟਰੈਵਲ ਇਨਫੋਰਮੇਸ਼ਨ, ਕਿੱਦਾਂ ਲੋਕ ਐਕਸੈਸ ਕਰ ਸਕਦੇ ਹੈਗੇ ਆ ਟਰੈਵਲ ਇਨਫੋਰਮੇਸ਼ਨ ਨੂੰ। ਦੇਖੋ, ਨਾਓ ਡੇਜ਼ ਐਵਰੀਥਿੰਗ ਇਜ਼ ਅਵੇਲੇਬਲ ਔਨ ਦਾ ਇੰਟਰਨੈਟ, ਅਪਾਰਟ ਫਰੋਮ ਦੈਟ ਯੂ ਕੈਨ ਰੈਡ ਇਟ ਇਨ ਸਮ ਸੋਰਟ ਆਫ ਮੈਗਜ਼ੀਨ, ਹੈ ਨਾ। ਤਾਂ ਆਪਾਂ ਜਿਹੜਾ ਹੈਗਾ ਆਪਾਂ ਕਹਿ ਸਕਦੇ ਹੈਗੇ ਹਾਂ ਕਿ ਦੇਅਰ ਆਰ ਸੈਵਰਲ ਔਨਲਾਈਨ ਔਰ ਆਫਲਾਈਨ ਪਲੈਟਫਾਰਮਸ ਫਰੋਮ ਵਿੱਚ ਪੀਪਲ ਕੈਨ ਲਰਨ ਅਬਾਊਟ ਪਲੇਸਿਸ ਟੂ ਟਰੈਵਲ, ਦੇ ਕੈਨ ਰੀਡ ਅ ਟਰੈਵਲ ਲੋਗ, ਟਰੈਵਲ ਲੋਗ ਕਹਿ ਸਕਦੇ ਹੋ, ਟਰੈਵਲ ਇਟਨਰੀ ਕਹਿ ਸਕਦੇ ਹੋ, ਠੀਕ ਹੈ, ਬੁੱਕ ਆਹ ਆਪਾਂ ਕਹਿ ਸਕਦੇ ਹੈਗੇ ਹਾਂ ਕਿ ਪਬਲਿਸ਼ ਹੁੰਦੇ ਹੁੰਦੇ ਆ ਤੁਹਾਡੇ ਮੈਗਜ਼ੀਨਸ, ਠੀਕ ਹੈ, ਟਰੈਵਲ ਮੈਗਜ਼ੀਨਸ ਕਹਿ ਸਕਦੇ ਹੈਗੇ ਹਾਂ ਕਿ ਮੈਗਜ਼ੀਨਸ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੈਗੇ ਆ ਲੋਕ। ਸੋ ਦੇ ਕੈਨ ਰੀਡ ਟਰੈਵਲ ਮੈਗਜ਼ੀਨਸ, ਟਰੈਵਲ ਇਟਨਰੀਜ਼, ਔਰ ਦੇ ਕੈਨ ਯੂਜ਼ ਇੰਟਰਨੈਟ ਫਾਰ ਗੇਨਿੰਗ ਨੌਲੇਜ ਅਬਾਊਟ ਵੇਰੀਅਸ ਹੋਟ ਸਪੋਟਸ ਅਰਾਊਂਡ ਦਾ ਵਰਲਡ ਵੇਅਰ ਦੇ ਕੈਨ ਟਰੈਵਲ, ਤਾਂ ਉਹ ਇੰਟਰਨੈਟ ਨੂੰ ਯੂਜ਼ ਕਰ ਸਕਦੇ। ਡੂ ਪੀਪਲ ਹੈਵ ਡਿਫਰੈਂਟ ਪਰਸਨੈਲਿਟੀਜ਼ ਇਨ ਡਿਫਰੈਂਟ ਰੀਜਨਸ ਆਫ ਯੋਰ ਕੰਟਰੀ? ਵੈਲ, ਪਰਸਨੈਲਿਟੀ ਡਿਪੈਂਡ ਔਨ ਦਾ ਇਨਵਾਇਰਮੈਂਟ। ਆਪਾਂ, ਤੁਹਾਨੂੰ ਸ਼ਾਇਦ ਯਾਦ ਹੋਵੇ, ਆਪਾਂ ਰੀਡਿੰਗ ਵੀ ਕੀਤੀ ਸੀਗੀ
ਨੇਚਰ ਔਰ ਨਰਚਰ ਤਾਂ ਆਹ ਵਾਲੀ ਰੀਡਿੰਗ 'ਚ ਆਪਾਂ ਨੇ ਇਹੀ ਪੜ੍ਹਿਆ ਸੀਗਾ ਕਿ ਕਿਸੇ ਵੀ ਪਰਸਨ ਦੀ ਪਰਸਨੈਲਿਟੀ ਜਿਹੜੀ ਹੈਗੀ ਆ ਉਹ ਉਹਦੇ ਮਤਲਬ ਜੀਨਸ 'ਤੇ ਡਿਪੈਂਡ ਕਰਦੀ ਆ ਜਾਂ ਉਹਦੀ ਅਪਬ੍ਰਿੰਗਿੰਗ 'ਤੇ ਡਿਪੈਂਡ ਕਰਦੀ ਆ ਸੋ ਵੀ ਕੰਕਲੂਡਡ ਇਨ ਦੈਟ ਪਰਟੀਕੁਲਰ ਰੀਡਿੰਗ ਕਿ ਦੈਟ ਇਟ ਡਿਪੈਂਡਸ ਅਪੋਨ ਦਾ ਬਰਥ ਤੁਹਾਡੇ ਜੀਨਸ 'ਤੇ ਵੀ ਡਿਪੈਂਡ ਕਰਦਾ ਆ ਤੁਸੀਂ ਕਿੱਦਾਂ ਦੇ ਹੋਵੋਗੇ ਔਰ ਤੁਹਾਡੇ ਇਨਵਾਇਰਮੈਂਟ 'ਤੇ ਵੀ ਡਿਪੈਂਡ ਕਰਦਾ ਆ ਕਿ ਤੁਸੀਂ ਕਿੱਦਾਂ ਦੇ ਹੋਵੋਗੇ ਹੈ ਨਾ ਸੋ ਇਹਨਾਂ ਨੇ ਪੁੱਛਿਆ ਹੈਗਾ ਡੂ ਪੀਪਲ ਹੈਵ ਡਿਫਰੈਂਟ ਪਰਸਨੈਲਿਟੀਜ਼ ਇਨ ਡਿਫਰੈਂਟ ਰੀਜਨਸ ਆਫ ਯੂਅਰ ਕੰਟਰੀ ਵੈਲ ਡੈਫੀਨੇਟਲੀ ਹੈ ਨਾ ਆਪਾਂ ਹਿਸਟਰੀ ਤੋਂ ਅਗਰ ਇਗਜ਼ਾਮਪਲ ਲਈਏ ਪੰਜਾਬ ਹਰਿਆਣਾ ਦੇ ਲੋਕ ਜ਼ਿਆਦਾ ਗੁੱਸੇਖੋਰ ਆ ਉਹਦਾ ਰੀਜ਼ਨ ਪਿੱਛੇ ਹਿਸਟਰੀ ਦੇ ਵਿੱਚ ਹੈਗਾ ਬਿਕੋਜ਼ ਦੇ ਵਰ ਆਲਵੇਜ਼ ਦੇ ਹੈਵ ਬਿਨ ਲਿਵਿੰਗ ਇਨ ਦਾ ਏਰੀਆ ਦੈਟ ਵਾਜ਼ ਵਾਰ ਪ੍ਰੋਨ ਇਨ ਦਾ ਪਾਸਟ ਫਿਊ ਸੈਂਚਰੀਜ਼ ਤੋ ਉੱਦਾਂ ਦਾ ਉਹਨਾਂ ਦਾ ਨੇਚਰ ਬਣ ਗਿਆ ਤਾਂ ਇਨਵਾਇਰਮੈਂਟ ਡਜ਼ ਹੈਵ ਐਨ ਇੰਪੈਕਟ ਔਨ ਦਾ ਪਰਸਨੈਲਿਟੀ ਆਫ ਅ ਪਰਸਨ ਤਾਂ ਆਪਾਂ ਇੱਥੇ ਕਹਿ ਸਕਦੇ ਹਾਂ ਉਹ ਕਹਿੰਦੇ ਹੈਗੇ ਆ ਕਿ ਡੂ ਪੀਪਲ ਹੈਵ ਤੁਹਾਨੂੰ ਪੁੱਛਿਆ ਗਿਆ ਆ ਕਿ ਤੁਹਾਨੂੰ ਲੱਗਦਾ ਆ ਕਿ ਲੋਕਾਂ ਦੀਆਂ ਪਰਸਨੈਲਿਟੀਜ਼ ਇਨਵਾਇਰਮੈਂਟ 'ਤੇ ਡਿਪੈਂਡ ਕਰਦੀਆਂ ਨੇ ਯੈਸ ਡਿਪੈਂਡ ਕਰਦੀਆਂ ਨੇ ਤਾਂ ਆਪਾਂ ਉਹਨੂੰ ਕੀ ਕਿਹਾ ਮੈਂ ਕਿਹਾ ਵੀ ਯੈਸ ਡੈਫੀਨੇਟਲੀ ਪੀਪਲ ਆਲ ਓਵਰ ਦਾ ਵਰਲਡ ਹੈਵ ਡਿਫਰੈਂਟ ਪਰਸਨੈਲਿਟੀਜ਼ ਡਿਪੈਂਡਿੰਗ ਅਪੋਨ ਦਾ ਏਰੀਆ ਵੇਅਰ ਦੇ ਲਿਵ ਰਾਈਟ ਸੋ ਮੈਂ ਕਿਹਾ ਦਾ ਪੀਪਲ ਦੋਜ਼ ਆਰ ਲਿਵਿੰਗ ਇਨ ਦਾ ਕੰਟਰੀ ਸਾਈਡ ਦੇ ਹੈਵ ਮੋਰ ਕਾਮ ਨੇਚਰ ਔਰ ਲੈਸ ਅਗਰੈਸਿਵ ਨੇਚਰ ਰੈਦਰ ਦੈਨ ਪੀਪਲ ਹੂ ਆਰ ਲਿਵਿੰਗ ਇਨ ਅ ਸਿਟੀ ਬਿਕੋਜ਼ ਦੇ ਆਰ ਆਲਵੇਜ਼ ਕੰਪੀਟੀਟਿੰਗ ਵਿਦ ਵਨ ਅਨਦਰ ਠੀਕ ਹੈ ਜੀ ਵਟ ਕਾਜ਼ਸ ਦਾ ਡਿਫਰੈਂਸਿਸ ਬਿਟਵੀਨ ਡਿਫਰੈਂਟ ਵਟ ਕਾਜ਼ਸ ਦਾ ਡਿਫਰੈਂਸ ਬਿਟਵੀਨ ਡਿਫਰੈਂਟ ਰੀਜਨਸ ਆਫ ਯੋਰ ਕੰਟਰੀ ਤਾਂ ਉਹ ਕਹਿੰਦੇ ਡਿਫਰੈਂਸਿਸ ਕਿਹਦੇ ਬੇਸਿਸ 'ਤੇ ਆਉਂਦੇ ਹੈਗੇ ਆ ਤਾਂ ਡਿਫਰੈਂਸਿਸ ਕਿਹਦੇ ਬੇਸਿਸ 'ਤੇ ਆਉਂਦੇ ਹੈਗੇ ਆ ਡਿਫਰੈਂਸਿਸ ਲੈਂਗੁਏਜ ਦੇ ਬੇਸ 'ਤੇ ਆਉਂਦੇ ਆ ਡਿਫਰੈਂਸ ਹਿਸਟਰੀ ਦੇ ਬੇਸਿਸ 'ਤੇ ਆਉਂਦੇ ਆ ਡਿਫਰੈਂਸਿਸ ਕਲਚਰ ਦੇ ਬੇਸਿਸ 'ਤੇ ਆਉਂਦੇ ਆ ਡਿਫਰੈਂਸਿਸ ਰਿਲੀਜਨ ਦੇ ਬੇਸਿਸ 'ਤੇ ਆਉਂਦੇ ਹੈਗੇ ਆ ਕਿ ਵੱਖਰੇ ਵੱਖਰੇ ਪਾਰਟਸ ਦੇ ਵਿੱਚ ਲੋਕ ਵੱਖਰਾ ਵੱਖਰਾ ਰਿਲੀਜਨ ਫੋਲੋ ਕਰ ਰਹੇ ਆ ਐਂਡ ਫਾਰ ਦੈਟ ਵੈਰੀ ਰੀਜ਼ਨ ਦੇ ਆਰ ਡਿਫਰੈਂਟ ਫਾਰ ਵਨ ਅਨਦਰ ਹੈ ਨਾ ਸੋ ਮੈਂ ਕਿਹਾ ਵੀ ਇਟ ਦਿਸ ਥਿੰਗ ਇਜ਼ ਵੈਰੀ ਪਾਪੂਲਰ ਅਬਾਊਟ ਮਾਈ ਕੰਟਰੀ ਦੈਟ ਯੂ ਟਰੈਵਲ ਫਾਰ ਅ ਸਰਟਨ ਡਿਸਟੈਂਸ ਐਂਡ ਲੈਂਗੁਏਜ ਐਂਡ ਕਲਚਰ ਵਿਲ ਬੀ ਚੇਂਜਡ ਬਿਕੋਜ਼ ਪੀਪਲ ਆਰ ਹੈਵਿੰਗ ਡਿਫਰੈਂਟ ਪਰਸਨੈਲਿਟੀਜ਼ ਬਿਕੋਜ਼ ਆਫ ਦੇਅਰ ਯੂਨੀਕ ਕਲਚਰ ਲੈਂਗੁਏਜ ਰਿਲੀਜੀਅਸ ਬਿਲੀਫਸ ਐਂਡ ਸੋ ਔਨ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਵਜ੍ਹਾ ਕਰਕੇ ਲੋਕਾਂ ਦਾ ਜਿਹੜਾ ਹੈਗਾ ਪਰਸਨੈਲਿਟੀਜ਼ ਵੱਖਰੀਆਂ ਵੱਖਰੀਆਂ ਹੁੰਦੀਆਂ ਹੈਗੀਆਂ ਠੀਕ ਹੈ ਸੋ ਦੈਟਸ ਆਲ ਫਾਰ ਟੂਡੇਜ਼ ਕਿਊ ਕਾਰਡ ਆਈ ਹੋਪ ਯੂ ਆਰ ਏਬਲ ਟੂ ਅੰਡਰਸਟੈਂਡ ਇਟ ਪ੍ਰੋਪਰਲੀ ਇਨ ਕੇਸ ਯੂ ਹੈਵ ਐਨੀ ਡਾਊਟ ਔਰ ਯੂ ਵਾਂਟ ਟੂ ਜੁਆਇਨ ਔਨਲਾਈਨ ਔਰ ਆਫਲਾਈਨ ਕਲਾਸਿਸ ਯੂ ਕੈਨ ਕੰਟੈਕਟ ਮੈਕਸੋਰਸੀ ਥੈਂਕ ਯੂ ਐਵਰੀਵਨ